ਅੱਜ ਦੇ ਰਾਸ਼ੀਫਲ 'ਚ ਤੁਹਾਡਾ ਸਵਾਗਤ ਹੈ। ਅੱਜ ਸੰਮਤ 2072 ਸਾਕਾ 1937 4 ਮਾਰਚ 2016 ਦਿਨ ਸ਼ੁੱਕਰਵਾਰ ਚੰਦਰਮਾ ਧਨੂ ਰਾਸ਼ੀ ਵਿੱਚ ਚੱਲਦਾ ਰਹੇਗਾ। ਸਿੰਘ ਰਾਸ਼ੀ ਵਿੱਚ ਬ੍ਰਹਿਸਪਤੀ ਅਤੇ ਰਾਹੂ ਚੱਲ ਰਹੇ ਨੇ। ਵ੍ਰਿਸ਼ਚਿਕ ਰਾਸ਼ੀ ਵਿੱਚ ਮੰਗਲ ਅਤੇ ਸ਼ਨੀ ਚੱਲਦੇ ਰਹਿਣਗੇ। ਮਕਰ ਰਾਸ਼ੀ ਵਿੱਚ ਸ਼ੁੱਕਰ ਚੱਲ ਰਿਹਾ। ਕੁੰਭ ਰਾਸ਼ੀ ਵਿੱਚ ਸੂਰਜ, ਬੁੱਧ ਅਤੇ ਕੇਤੂ ਚੱਲ ਰਹੇ ਨੇ। ਇਹ ਸੀਗਾ ਅੱਜ ਦਾ ਪੰਚਾਂਗ। ਹੁਣ ਗੱਲ ਕਰਦੇ ਹਾਂ ਤੁਹਾਡੇ ਸਾਰਿਆਂ ਦੇ ਅੱਜ ਦੇ ਰਾਸ਼ੀਫਲ। ਏਰੀਸ ਯਾਨੀ ਮੇਕ, ਉਲਝੇ ਹੋਏ ਮਸਲੇ ਅੱਜ ਪਰੇਸ਼ਾਨੀਆਂ ਖੜੀਆਂ ਕਰਨਗੇ। ਖਾਸ ਕਰਕੇ ਨੌਕਰੀ ਵਾਲਿਆਂ ਨੂੰ ਉੱਚ ਅਧਿਕਾਰੀਆਂ ਨਾਲ ਤਕਰਾਰ ਦਿੱਕਤਾਂ ਅਤੇ ਪਰੇਸ਼ਾਨੀ ਦਾ ਕਾਰਨ ਬਣ ਸਕਦਾ। ਤੁਹਾਨੂੰ ਆਪਣੇ ਗੁੱਸੇ ਅਤੇ ਉਤਾਵਲੇਪਣ 'ਤੇ ਕਾਬੂ ਰੱਖਣਾ ਬਹੁਤ ਹੀ ਜ਼ਰੂਰੀ ਹੈ ਅਤੇ ਨਵੇਂ ਕੰਮਾਂ 'ਚ ਹੱਥ ਪਾਉਣ ਦੀ ਲੋੜ ਨਹੀਂ। ਚੰਗਾ ਰਹੇਗਾ ਪਹਿਲਾਂ ਤੋਂ ਚੱਲਦੇ ਆ ਰਹੇ ਕੰਮਾਂ ਪਾਸੇ ਹੀ ਧਿਆਨ ਦਿਓ। ਹਰ ਕੰਮ ਦੀ ਬਾਗਡੋਰ ਵੀ ਆਪਣੇ ਹੱਥ ਰੱਖੋ। ਲਾਪਰਵਾਹੀ ਤਣਾਅ ਅਤੇ ਪਰੇਸ਼ਾਨੀ ਦਾ ਕਾਰਨ ਬਣ ਸਕਦੀ ਹੈ। ਸੰਯਮ ਵਰਤਣਾ ਹਰ ਥਾਂ 'ਤੇ ਬਹੁਤ ਹੀ ਜ਼ਰੂਰੀ ਹੈ। ਟੌਰਸ ਯਾਨੀ ਬ੍ਰਿਕ, ਕਾਰੋਬਾਰੀ ਸਫ਼ਰ ਵਾਲੇ ਪ੍ਰੋਗਰਾਮ ਅਚਾਨਕ ਸਿਰੇ ਚੜ ਸਕਦੇ ਨੇ। ਉਹ ਆਪਣਾ ਮਕਸਦ ਪੂਰਾ ਕਰਨ 'ਚ ਕਾਮਯਾਬ ਰਹਿਣਗੇ। ਰੋਜ਼ਮਰ੍ਹਾ ਦੇ ਕੰਮਾਂ ਦੀਆਂ ਉਲਝਣਾਂ ਕੱਟਣਗੀਆਂ। ਭਵਿੱਖ ਨੂੰ ਲੈ ਕੇ ਨਵੀਆਂ ਯੋਜਨਾਵਾਂ 'ਤੇ ਵਿਚਾਰ ਵਟਾਂਦਰਾ ਹੋਏਗਾ। ਦੋਸਤਾਂ ਦੇ ਸੰਬੰਧੀਆਂ ਨਾਲ ਨਜ਼ਦੀਕੀਆਂ ਵਧਣਗੀਆਂ। ਗਿਲੇ ਸ਼ਿਕਵੇ ਦੂਰ ਹੋਣਗੇ। ਉਹਨਾਂ ਦੀ ਮਦਦ ਵੀ ਕੰਮਾਂ ਨੂੰ ਅੱਗੇ ਵਧਾਉਣ ਲਈ ਲਾਭਕਾਰੀ ਰਹੇਗੀ। ਰੋਜ਼ਮਰ੍ਹਾ ਦੇ ਕੰਮ ਬੜੀ ਆਸਾਨੀ ਨਾਲ ਕੁਛ ਥਾਵਾਂ 'ਤੇ ਅੱਗੇ ਵੱਧ ਜਾਣਗੇ ਅਤੇ ਕੁਛ ਥਾਵਾਂ 'ਤੇ ਦਿੱਕਤਾਂ ਵੀ ਝੱਲਣੀਆਂ ਪੈ ਸਕਦੀਆਂ ਨੇ, ਪਰ ਉਹ ਦਿੱਕਤਾਂ ਛੇਤੀ ਦੂਰ ਵੀ ਹੁੰਦੀਆਂ ਨਜ਼ਰ ਆਉਣਗੀਆਂ, ਜਿਸ ਦੀ ਵਜ੍ਹਾ ਨਾਲ ਤੁਹਾਡਾ ਆਤਮ ਵਿਸ਼ਵਾਸ ਵਧੇਗਾ। ਜੈਮਨੀ ਯਾਨੀ ਮਿਥੁਨ, ਧਾਰਮਿਕ ਥਾਂ ਦੀ ਯਾਤਰਾ ਦੇ ਯੋਗ ਬਣਦੇ ਨੇ। ਕਾਰੋਬਾਰੀ ਉਲਝਣਾਂ ਕੱਟਣਗੀਆਂ। ਦੋਸਤਾਂ ਅਤੇ ਸੰਬੰਧੀਆਂ ਨਾਲ ਨਜ਼ਦੀਕੀਆਂ ਵਧਣਗੀਆਂ। ਗਿਲੇ ਸ਼ਿਕਵੇ ਦੂਰ ਹੋਣਗੇ। ਲਾਈਫ ਪਾਰਟਨਰ ਦੀ ਮਦਦ ਲਾਭਕਾਰੀ ਰਹੇਗੀ। ਵਿਦੇਸ਼ਾਂ ਸੰਬੰਧੀ ਚੰਗੀਆਂ ਖਬਰਾਂ ਵੀ ਸੁਣਨ ਨੂੰ ਮਿਲਣਗੀਆਂ। ਹੌਸਲੇ ਬੁਲੰਦ ਰਹਿਣਗੇ। ਕੈਂਸਰ ਯਾਨੀ ਕਰਕ, ਆਰਥਿਕ ਹਾਲਾਤਾਂ 'ਤੇ ਪਕੜ ਮਜ਼ਬੂਤ ਬਣਾ ਕੇ ਰੱਖਣੀ ਅੱਜ ਬਹੁਤ ਹੀ ਜ਼ਰੂਰੀ ਹੈ। ਫਜ਼ੂਲ ਦੇ ਕੰਮ ਅਤੇ ਖਰਚੇ ਤਣਾਅ ਅਤੇ ਪਰੇਸ਼ਾਨੀ ਦਾ ਕਾਰਨ ਬਣ ਸਕਦੇ ਨੇ। ਉਲਝੇ ਹੋਏ ਕੰਮਾਂ 'ਚ ਹੱਥ ਪਾਉਣ ਦੀ ਵੀ ਕੋਈ ਲੋੜ ਨਹੀਂ। ਚੰਗਾ ਰਹੇਗਾ ਹਰ ਕੰਮ ਦੀ ਬਾਗਡੋਰ ਆਪਣੇ ਹੱਥ ਰੱਖੋ। ਪਹਿਲਾਂ ਤੋਂ ਚੱਲਦੇ ਆ ਰਹੇ ਕੰਮਾਂ ਪਾਸੇ ਜ਼ਿਆਦਾ ਧਿਆਨ ਦਿਓ। ਤੁਹਾਡੀ ਥੋੜ੍ਹੀ ਜਿਹੀ ਲਾਪਰਵਾਹੀ ਤੁਹਾਡੇ ਲਈ ਦਿੱਕਤਾਂ ਅਤੇ ਪਰੇਸ਼ਾਨੀਆਂ ਨਹੀਂ ਤਾਂ ਖੜੀਆਂ ਕਰ ਸਕਦੀ ਹੈ। ਸੰਯਮ ਅਤੇ ਸਲਾਹ ਮਸ਼ਵਰੇ ਨਾਲ ਕੰਮ ਕਰੋਗੇ ਤਾਂ ਕੁਛ ਬਿਹਤਰ ਨਤੀਜਿਆਂ ਦੀ ਆਸ ਕਰ ਸਕਦੇ ਹੋ। ਉਤਾਵਲੇਪਣ ਤੋਂ ਬਚਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਲਿਓ ਯਾਨੀ ਸਿੰਘ, ਵਿਰੋਧੀਆਂ ਤੋਂ ਹਰ ਕੰਮ ਦਾ ਪਰਦਾ ਬਣਾ ਕੇ ਰੱਖਣਾ ਪਏਗਾ। ਨਵੇਂ ਕੰਮਾਂ 'ਚ ਹੱਥ ਪਾਉਣ ਦੀ ਲੋੜ ਨਹੀਂ। ਰਿਸਕ ਲੈਣ ਤੋਂ ਵੀ ਬਚਣਾ ਪਏਗਾ। ਜਿੰਨੀ ਮਿਹਨਤ ਅਤੇ ਦੌੜ ਪਾਜ ਆਪ ਕਰ ਸਕੋ ਉਸ ਦੇ ਮੁਤਾਬਿਕ ਹੀ ਕੰਮਾਂ 'ਚ ਹੱਥ ਪਾਓ। ਔਰ ਖਾਸ ਕਰਕੇ ਪੁੱਛਦਿਆਂ ਨਹੀਂ ਉਲਝੇ ਹੋਏ ਕੰਮਾਂ 'ਚ ਹੱਥ ਪਾਉਣ ਦੀ ਬਿਲਕੁਲ ਲੋੜ ਨਹੀਂ, ਨਹੀਂ ਤਾਂ ਆਪਣੇ ਲਈ ਆਪ ਕੋਈ ਪਰੇਸ਼ਾਨੀ ਖੜੀ ਕਰ ਲਓਗੇ। ਵਰਗੋ ਯਾਨੀ ਕੰਨਿਆਵਾਨ ਦੀ ਚੰਚਲਤਾ 'ਤੇ ਕਾਬੂ ਰੱਖਣਾ ਪਏਗਾ। ਕੁਛ ਵੀ ਕਰਨਿਆ ਕਹਿਣ ਤੋਂ ਪਹਿਲਾਂ ਚੰਗੀ ਤਰ੍ਹਾਂ ਨਾਲ ਸੋਚ ਵਿਚਾਰ ਵੀ ਕਰ ਲੈਣਾ ਪਏਗਾ। ਆਪਣੀ ਹੀ ਕੋਈ ਗਲਤੀ ਦਿੱਕਤਾਂ ਅਤੇ ਪਰੇਸ਼ਾਨੀ ਦਾ ਕਾਰਨ ਨਹੀਂ ਤਾਂ ਬਣ ਸਕਦੀ ਹੈ। ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕੰਮ ਕਰਨਾ ਬਹੁਤ ਹੀ ਜ਼ਰੂਰੀ ਹੈ। ਪਹਿਲਾਂ ਤੋਂ ਚੱਲਦੇ ਆ ਰਹੇ ਕੰਮਾਂ ਪਾਸੇ ਧਿਆਨ ਦਿਓਗੇ ਤਾਂ ਕੁਛ ਬਿਹਤਰ ਨਤੀਜਿਆਂ ਦੀ ਆਸ ਤੁਸੀਂ ਕਰ ਸਕਦੇ ਹੋ ਅਤੇ ਆਰਥਿਕ ਹਾਲਾਤਾਂ 'ਤੇ ਪਕੜ ਮਜ਼ਬੂਤ ਬਣਾ ਕੇ ਰੱਖਣੀ ਜ਼ਰੂਰੀ ਹੈ। ਲਿਬਰਾ ਯਾਨੀ ਤੁਲਾ, ਨਵੇਂ ਕੰਮਾਂ 'ਚ ਹੱਥ ਪਾਉਣ ਦੀ ਲੋੜ ਨਹੀਂ। ਚੰਗਾ ਰਹੇਗਾ ਪਹਿਲਾਂ ਤੋਂ ਚੱਲਦੇ ਆ ਰਹੇ ਕੰਮਾਂ ਪਾਸੇ ਹੀ ਧਿਆਨ ਦਿਓ। ਜਲਦਬਾਜ਼ੀ ਜਾਂ ਉਤਾਵਲਾਪਣ ਤਣਾਓ ਅਤੇ ਪਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ। ਵਿਰੋਧੀਆਂ ਤੋਂ ਹਰ ਕੰਮ ਦਾ ਪਰਦਾ ਬਣਾ ਕੇ ਰੱਖਣਾ ਪਏਗਾ। ਨਵੇਂ ਕੰਮਾਂ 'ਚ ਹੱਥ ਪਾਉਣ ਤੋਂ ਬਿਹਤਰ ਹੈ ਕਿ ਪਹਿਲਾਂ ਤੋਂ ਚੱਲਦੇ ਆ ਰਹੇ ਕੰਮਾਂ ਪਾਸੇ ਹੀ ਧਿਆਨ ਦਿਓ। ਆਤਮ ਵਿਸ਼ਵਾਸ ਬਣਾ ਕੇ ਰੱਖਣਾ ਜ਼ਿਆਦਾ ਜ਼ਰੂਰੀ ਹੈ। ਫਜ਼ੂਲ ਦੇ ਕੰਮ ਅਤੇ ਖਰਚੇ ਵੀ ਟਾਲਣੇ ਹੀ ਪੈਣਗੇ। ਸਕੋਰਪੀਓ ਯਾਨੀ ਵ੍ਰਿਸ਼ਚਿਕ, ਕਿਸੇ ਵੀ ਥਾਂ 'ਤੇ ਕਿਸੇ ਵੀ ਕੰਮ ਲਈ ਲਿਆ ਗਿਆ ਰਿਸਕ ਤਣਾਓ ਅਤੇ ਪਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ। ਮਨ ਦੀ ਚੰਚਲਤਾ 'ਤੇ ਕਾਬੂ ਰੱਖਣਾ ਪਏਗਾ। ਯੋਜਨਾਬੱਧ ਤਰੀਕੇ ਨਾਲ ਕੰਮ ਕਰਨੇ ਪੈਣਗੇ। ਲਾਪਰਵਾਹੀ ਤੋਂ ਬਚਣਾ ਪਏਗਾ। ਚੰਗਾ ਰਹੇਗਾ ਹਰ ਕੰਮ ਦੀ ਬਾਗਡੋਰ ਵੀ ਆਪਣੇ ਹੱਥ ਰੱਖੋ। ਸੰਯਮ ਅਤੇ ਸਲਾਹ ਮਸ਼ਵਰੇ ਨਾਲ ਕੰਮ ਕਰੋਗੇ ਤਾਂ ਕੁਛ ਬਿਹਤਰ ਨਤੀਜਿਆਂ ਦੀ ਆਸ ਕਰ ਸਕਦੇ ਹੋ। ਜਲਦਬਾਜ਼ੀ ਜਾਂ ਉਤਾਵਲਾਪਣ ਨਹੀਂ ਤਾਂ ਪਰੇਸ਼ਾਨੀ 'ਚ ਤੁਹਾਨੂੰ ਪਾ ਸਕਦੇ।
ਸੈਜੀਟੇਰੀਅਸ ਯਾਨੀ ਤੁਹਾਨੂੰ ਕੰਪੀਟੀਸ਼ਨ ਵਾਲੀ ਥਾਂ ਤੇ ਦਬਦਬਾ ਵਧੇਗਾ, ਨਵੇਂ ਕੰਮ ਸ਼ੁਰੂ ਕੀਤੇ ਜਾ ਸਕਦੇ ਨੇ ਜਿਸ ਲਈ ਕਾਫੀ ਸਮੇਂ ਤੋਂ ਕੋਸ਼ਿਸ਼ ਅਤੇ ਮਿਹਨਤ ਕਰਦੇ ਆ ਰਹੇ ਹੋ। ਆਰਥਿਕ ਸੁਧਾਰ ਵਾਲੀਆਂ ਕੋਸ਼ਿਸ਼ਾਂ ਵੀ ਕਾਮਯਾਬ ਹੁੰਦੀਆਂ ਨਜ਼ਰ ਆਉਣਗੀਆਂ। ਕਾਰੋਬਾਰੀ ਸਫ਼ਰ ਵਾਲੇ ਪ੍ਰੋਗਰਾਮ ਅਚਾਨਕ ਸਿਰੇ ਚੜ੍ਹਨਗੇ, ਉਹ ਵੀ ਆਪਣਾ ਮਕਸਦ ਪੂਰਾ ਕਰਨ 'ਚ ਕਾਮਯਾਬ ਰਹਿਣਗੇ। ਦੋਸਤਾਂ ਅਤੇ ਸੰਬੰਧੀਆਂ ਨਾਲ ਨਜ਼ਦੀਕੀਆਂ ਵਧਣਗੀਆਂ, ਗਿਲੇ ਸ਼ਿਕਵੇ ਦੂਰ ਹੋਣਗੇ, ਆਤਮ ਵਿਸ਼ਵਾਸ ਵੀ ਤੁਹਾਡਾ ਵਧੇਗਾ। ਦੌੜ ਭੱਜ ਅਤੇ ਮਿਹਨਤ ਕਿਸੇ ਵੀ ਕੰਮ ਲਈ ਕੀਤੀ ਹੋਈ ਬੇਕਾਰ ਨਹੀਂ ਜਾਏਗੀ, ਹੌਸਲੇ ਬੁਲੰਦ ਰਹਿਣਗੇ। ਕੈਪਰੀਕੋਨ ਯਾਨੀ ਮਕਰ, ਅਜਿਹੇ ਕੰਮਾਂ 'ਚ ਹੱਥ ਪਾਉਣ ਦੀ ਲੋੜ ਨਹੀਂ ਜਿਸ ਦੇ ਬਾਰੇ ਪੂਰੀ ਜਾਣਕਾਰੀ ਨਾ ਹੋਏ। ਆਰਥਿਕ ਹਾਲਾਤਾਂ 'ਤੇ ਵੀ ਪਕੜ ਮਜ਼ਬੂਤ ਬਣਾ ਕੇ ਰੱਖਣੀ ਪਏਗੀ। ਫਜ਼ੂਲ ਦੇ ਕੰਮ ਅਤੇ ਖਰਚੇ ਟਾਲਣੇ ਪੈਣਗੇ। ਯੋਜਨਾਵਾਰ ਤਰੀਕੇ ਨਾਲ ਕੰਮ ਕਰੋਗੇ ਤਾਂ ਹੀ ਕੁਛ ਬਿਹਤਰ ਨਤੀਜਿਆਂ ਦੀ ਆਸ ਕਰ ਸਕਦੇ ਹੋ। ਲਾਪਰਵਾਹੀ, ਦਿੱਕਤਾਂ ਅਤੇ ਪਰੇਸ਼ਾਨੀਆਂ ਨਹੀਂ ਤਾਂ ਵਧਾ ਸਕਦੀ ਹੈ। ਸੰਯਮ ਅਤੇ ਸਲਾਹ ਮਸ਼ਵਰੇ ਨਾਲ ਕੰਮ ਕਰਨ ਦੀ ਲੋੜ ਹੈ। ਕੁਇਰੀਅਸ ਯਾਨੀ ਕੁੰਭ, ਕੁਛ ਵੀ ਕਰਨ ਜਾਂ ਕਹਿਣ ਤੋਂ ਪਹਿਲਾਂ ਚੰਗੀ ਤਰ੍ਹਾਂ ਨਾਲ ਸੋਚ ਵਿਚਾਰ ਕਰ ਲੈਣਾ ਪਏਗਾ। ਜਲਦਬਾਜ਼ੀ ਦਿੱਕਤਾਂ ਅਤੇ ਪਰੇਸ਼ਾਨੀ 'ਚ ਨਹੀਂ ਤਾਂ ਪਾ ਸਕਦੀ ਹੈ। ਧਾਰਮਿਕ ਥਾਂ ਦੀ ਯਾਤਰਾ ਦੇ ਯੋਗ ਬਣਦੇ ਨੇ। ਪਰਉਪਕਾਰੀ ਕੰਮਾਂ ਪਾਸੇ ਰੁਝਾਨ ਵਧਾਉਣਾ ਵੀ ਜ਼ਰੂਰੀ ਹੈ। ਲਾਪਰਵਾਹੀ ਤੋਂ ਬਚਣਾ ਪਏਗਾ ਅਤੇ ਵਿਰੋਧੀਆਂ ਤੋਂ ਹਰ ਕੰਮ ਦਾ ਪਰਦਾ ਬਣਾ ਕੇ ਰੱਖਣਾ ਪਏਗਾ। ਜਿੰਨੀ ਮਿਹਨਤ ਕਰ ਸਕੋ ਉਸ ਦੇ ਮੁਤਾਬਿਕ ਹੀ ਕੰਮਾਂ 'ਚ ਹੱਥ ਪਾਓ। ਪਾਈਸੀਸ ਯਾਨੀ ਮੀਨ, ਘਰੇਲੂ ਮਸਲੇ ਠੰਡੇ ਦਿਮਾਗ ਨਾਲ ਸੁਲਝਾਉਣੇ ਪੈਣਗੇ। ਦਖਲ ਅੰਦਾਜ਼ੀ ਤਣਾਓ ਅਤੇ ਪਰੇਸ਼ਾਨੀ 'ਚ ਪਾ ਸਕਦੀ ਹੈ। ਸੰਯਮ ਅਤੇ ਆਤਮ ਵਿਸ਼ਵਾਸ ਬਣਾ ਕੇ ਰੱਖਣ ਦੀ ਲੋੜ ਹੈ। ਆਰਥਿਕ ਹਾਲਾਤਾਂ 'ਤੇ ਪਕੜ ਮਜ਼ਬੂਤ ਬਣਾਉਣੀ ਪਏਗੀ। ਲਾਈਫ ਪਾਰਟਨਰ ਨਾਲ ਤਕਰਾਰ ਦਿੱਕਤਾਂ ਅਤੇ ਪਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ। ਚੰਗਾ ਰਹੇਗਾ ਉਲਝੇ ਹੋਏ ਕੰਮਾਂ 'ਚ ਹੱਥ ਨਾ ਪਾਓ।